ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਘਟ ਰਹੀਆਂ ਹਨ ਇਸ ਦਾ ਮੁੱਖ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਪ੍ਰਸ਼ਾਸਨ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਅਤੇ ਪ੍ਰਸ਼ਾਸਨ ਖੁਦ ਵੀ ਅੱਗ ਲਾਉਣ ਦੀਆਂ ਘਟਨਾਵਾਂ ਤੇ ਸਖਤ ਹੋ ਰਿਹਾ ਅਤੇ ਨਾਲ ਹੀ ਮੁਸਤੈਦੀ ਵਰਤ ਰਿਹਾ ਹੈ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅੱਗ ਲਾਉਣ ਦੇ ਗ੍ਰਾਫ ਵਿੱਚ ਕਾਫੀ ਕਮੀ ਆਈ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਅੱਗ ਲਾਉਣ ਦੇ ਗਰਾਮ ਵਿੱਚ ਤਕਰੀਬਨ 50% ਕਮੀ ਆਈ ਹੈ ਅਤੇ ਜਿੱਥੇ ਵੀ ਕਿਸਾਨਾਂ ਵੱਲੋਂ ਅੱਗ ਲਾਈ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਮੌਕੇ ਤੇ ਜਾ ਕੇ ਉਸ ਨੂੰ ਬੁਝਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਜੇਕਰ ਪਰਾਲੀ ਨੂੰ ਸੰਭਾਲਣ ਵਿੱਚ ਕੋਈ ਮਦਦ ਚਾਹੀਦੀ ਹੈ ਉਹ ਵੀ ਪ੍ਰਸ਼ਾਸਨ ਮੁਹੇਆ ਕਰਵਾ ਰਿਹਾ ਹੈ ਅਤੇ ਉਹਨਾਂ ਦਾ ਟੀਚਾ ਹੈ ਕਿ ਅਗਲੇ ਸਾਲ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਾ ਲਾਵੇ। ਜਿਵੇਂ ਵੀ ਪ੍ਰਸ਼ਾਸਨ ਵੱਲੋਂ ਹਦਾਇਤਾਂ ਨੇ ਮਨਜੋਗ ਡੀਸੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਦੇ ਤੇ ਅਸੀਂ ਮਤਲਬ ਅਮਲ ਕਰਦੇ ਹੋਏ ਸਵੇਰ ਤੋਂ ਹੀ ਅੱਜ ਪਹਿਲਾਂ ਬੰਗਾਲੀ ਪਿੰਡ ਦੇ ਵਿੱਚ ਫੇਰ ਜਿੱਥੇ ਕਿਤੇ ਵੀ ਅੱਗ ਮਤਲਬ ਲੱਗੀ ਹੋਈ ਹੈ ਜਾਂ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨ ਉਹਨਾਂ ਨੂੰ ਚੈੱਕ ਕਰਕੇ ਸਮਝਾਉਣ ਵਝਾਉਣ ਦੀ ਕੋਸ਼ਿਸ਼ ਕਰ ਰਹੇ ਆਂ ਔਰ ਕਿਸਾਨ ਸਾਡਾ ਮਤਲਬ ਸਹਿਯੋਗ ਵੀ ਦੇ ਰਹੇ ਨੇ ਅਸੀਂ ਪਿੱਛੇ ਵੀ ਆਹ ਕਾਂਝਲੇ ਦੇ ਕਿਸਾਨ ਸੀਗੇ ਉੱਥੇ ਵੀ ਵਝਾ ਕੇ ਆਇਆ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਲਾਵਾਂਗੇ ਅੱਗੇ ਤੋਂ ਅੱਗੇ ਤੇ ਇਸੇ ਤਰ੍ਹਾਂ ਚੰਗਾਲ ਪਿੰਡ ਦੇ ਮਤਲਬ ਕਿਸਾਨ ਨੇ ਇਹਨਾਂ ਨੇ ਵੀ ਮੰਨਿਆ ਵੀ ਅਸੀਂ ਨਹੀਂ ਅੱਗ ਮਤਲਬ ਹੋਰ ਲਾਵਾਂਗੇ ਔਰ ਬੈਲਰ ਨਾਲ ਵੀ ਇਹਨਾਂ ਨੇ ਆ ਵੱਡੀ ਹੋਈ ਹੈ ਜਿਹੜੀ ਝੋਨਾ ਉਹਦੇ ਬੇਲਜ ਬਣਾਉਣ ਵਾਸਤੇ ਵੀ ਇਹਨਾਂ ਦਾ ਕੰਟੈਕਟ ਹੈ ਮੈਂ ਵੀ ਉਹਦੇ ਨਾਲ ਗੱਲ ਕੀਤੀ ਹੈ ਵੀ ਉਹ ਬੇਲਜ ਬਣਾ ਕੇ ਲੈ ਇਸੇ ਤਰ੍ਹਾਂ ਜਿਵੇਂ ਵੀ ਪ੍ਰਸ਼ਾਸਨ ਵੱਲੋਂ ਹਦਾਇਤਾਂ ਨੇ ਅਸੀਂ ਵਿਭਾਗ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜੇ ਕੋਈ ਮਸ਼ੀਨਰੀ ਦੀ ਕਿਸੇ ਨੂੰ ਜ਼ਰੂਰਤ ਹੈ ਜਿਵੇਂ ਇੱਥੇ ਕੋਆਪਰੇਟਿਵ ਸੁਸਾਇਟੀ ਹੈ ਕਾਂ ਜੜੇ ਚੰਗਾਲ ਵੀ ਹੈ ਉੱਥੇ ਜਿਹੜੀ ਮਸ਼ੀਨਰੀ ਹੈ ਉਹ ਵੀ ਇਹਨਾਂ ਨੂੰ ਮਤਲਬ ਕਿਹਾ ਹੈ ਵੀ ਜੇ ਕੋਈ ਨਈ ਮਸ਼ੀਨਰੀ ਤੁਹਾਡੇ ਕੋਲੇ ਤਾਂ ਉਹ ਉਪਲਬਧ ਕਰਾਵਾਂਗੇ ਇਹਨਾਂ ਨੂੰ ਤੇ ਕਿਸਾਨਾਂ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹਾਂ ਬੇਲਰ ਦਾ ਵੀ ਹਾਲੋ ਮੇਰੀ ਮੁੰਡੇ ਨਾਲ ਗੱਲ ਹੋਈ ਹੈ ਉਹ ਕਹਿੰਦਾ ਮੈਂ ਬਣਾ ਕੇ ਲੈ ਕੇ ਜਾਵਾਂਗਾ ਇੱਥੇ ਜੋ ਦਿੱਕਤ ਹੈ ਨਾ ਇਹ ਜਿਹੜੀ ਆਮ ਆਪਣੇ ਪੂਸ਼ਾ 44 ਜੀਰੀ ਹੈ ਉਹ ਬਿਜਦੀ ਹੈ ਉਹ ਸੁਪਰਸੀਡ ਅ ਮਤਲਬ ਪ੍ਰੋਬਲਮ ਕ੍ਰੀਏਟ ਕਰਦਾ ਕਣਕ ਪੰਜਾਬ ਬੀਜਣ ਦੇ ਵਿੱਚ ਉਹਦੇ ਕਰਕੇ ਕਿਸਾਨ ਆ ਜਿਹੜਾ ਕੱਲੇ ਜਿਹੜਾ ਲੂਸ ਸਟਰਾ ਹੈ ਉਹਨੂੰ ਗੁਲਾਉਂਦਾ ਹੈ ਕਈ ਵਾਰੀ ਤੇ ਉਹ ਵੀ ਹੁਣ ਅਸੀਂ ਇਹ ਜਿਹੜੇ ਬੇਲਜਾਲਾ ਸਿਸਟਮ ਚੱਲਿਆ ਉਹਦੇ ਨਾਲ ਉਹ ਵੀ ਬਿਲਕੁਲ ਮਤਲਬ ਖਤਮ ਹੋ ਜਾਂਦੀ ਹੈ ਪ੍ਰੋਬਲਮ ਤੇ ਉਮੀਦ ਹੈ ਸਾਨੂੰ ਵੀ ਇਹ ਕਿ ਜਿਹੜੀਆਂ ਘਟਨਾਵਾਂ ਨੇ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟਣਗੀਆਂ ਤੇ ਆਉਣ ਵਾਲੇ ਸਾਲ ਦੇ ਵਿੱਚ ਤਾਂ ਇਹ ਬਿਲਕੁਲ ਹੀ ਬੰਦ ਹੋ ਜਾਊਗਾ ਅੱਜ ਤੱਕ ਜਿੰਨੇ ਘਟਨਾਵਾਂ ਨੇ ਜੀ 700 ਘਟਨਾ ਸਪੋਰਟ ਨੇ ਜਿਹੜੇ ਉਹ ਆਇਡੈਂਟੀਫਾਈ ਹੋਏ ਨੇ ਤੇ ਪਿਛਲੇ ਸਾਲ ਇਸੇ ਦਿਨ 1400 ਸੀਗੇ ਇਹੋ ਇਸ ਕਰਕੇ ਵੀ ਜਿਹੜੀ ਹੈ 50% ਡਿਕਲਾਈਨ ਹੈ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਇਹ ਲੱਗਦਾ ਹੈ ਵੀ ਜਿੰਨੀਆਂ ਪਿਛਲੀ ਵਾਰੀ 5300 ਮਤਲਬ ਸਪੌਟ ਆਏ ਸੀ ਤਾਂ ਅਸੀਂ ਉਹ ਇੱਕੀ 2000 ਦੇ ਨੇੜੇ ਉਹਨਾਂ ਨੂੰ ਲੈ ਆਵਾਂਗੇ ਇਹ ਜੀ ਹੁਣ ਜਿਹੜਾ ਪ੍ਰਾਲੀ ਦਾ ਕੋਈ ਲਾਜ ਨਹੀਂ ਹੈਗਾ ਜੀ ਦਾ ਇਹਦਾ ਹੁਣ ਜਾਇ ਛੇ ਛੇ ਲਿੱਦ ਲਿੱਦ ਫੂਕਿਆ ਜੀ ਇੰਨੇ ਖਾਉਂਦੀ ਜੀ 5 ਕਿਲੇ ਨਹੀਂ ਜੀ ਮੇਰੇ ਲਈ ਆਪਦੇ ਹੁਣ 5 ਕਿਲੇ ਮਿਲੇ ਉਹਦਾ ਟਰੈਕਟਰ ਵੀ ਨਹੀਂ ਹੈਗਾ ਜੀ ਮੈਂ ਇਹ ਕਿਰਾਏ ਦੇ ਕਰਾਉਂਗਾ ਦਾ 5-6000 ਰੁਪਏ ਲੈਂਦਾ ਜੀ ਇਹਦਾ ਮੇਰਾ ਕੋਈ ਲਾਜ ਨਹੀਂ ਮਿਲੇ 5 ਕਿਲੇ ਦਾ ਬੰਦਾ ਕੀ ਕਰ ਸਕਦਾ ਜੀ ਫਯਾ ਲੱਖ ਰੁਪਇਆ ਟਰੈਕਟਰ ਦੇ ਚਾਹੀਦਾ ਜੀ ਹਾਂਜੀ ਹਾਂ ਥੜਲੇ ਹੁਣ 5 ਕਿਲਿਆਣਾ ਕੀ ਕਰੂਗਾ ਜੀ ਇਹ ਤਾਂ ਹੁਣ ਅਸੀਂ ਤਾਂ ਹਣ ਚੱਲ ਦਿੱਦ ਫੁਕੇ ਜੀ ਥੋੜੇ ਸਾਹਮਣੇ ਫੁਕੇ ਜੀ ਹੁਣ ਜੀ ਸਾਡਾ ਕਸੂਰ ਨਹੀਂ ਭਾਈ ਸਰਚਾ ਵਾਲਾ ਪੈਂਦਾ ਜੀ ਕਿਸਾਨ ਤਾਂ ਉਹੀ ਮਰੇ ਪਏ ਨੇ ਜੀ ਵਾਲੇ ਕਿਸਾਨ ਕਰੂਗਾ ਕੀ ਹੈ ਜੀ ਹੁਣ ਤੁਸੀਂ ਕੱਲੇ ਉਪਰੋ ਉਪਰੋ ਫੁਕੇ ਹਾਂ ਜੀ ਲਿੱਦ ਲਿੱਦ ਫੁਕੇ ਕੱਲੀ ਜੀ ਇਹਦਾ ਤਾਂ ਧੂਆਂ ਵੀ ਨਹੀਂ ਬਣਦਾ ਇੱਕ ਗੱਲ ਹੋਰ ਹੈ ਕਹਿੰਦੇ ਮੰਡੀ ਸਾਡੀ ਉੱਥੇ ਕੁਸ ਖੇਤ ਦੇ ਵਿੱਚ ਚੱਕੀ ਵੀ ਹੈ ਤੁਸੀਂ ਪਰਾਲੀ ਹਾਂ ਜੀ ਆਓ ਚੱਕੇ ਜੀ ਉਧਰ ਉਹ ਚੱਕੀ ਪਈ ਹੈ ਜੀ ਕਾ ਕੀ ਪਈ ਹੈ ਜੀ ਉਹ 4 3 2 3 ਕਿਲਿਆ ਚ ਐਸੀ ਐਸੀ ਟੋਰਨ ਲਾਈ ਜੀ ਹੁਣ ਖੇਤੀਬਾੜੀ ਵਿਭਾਗ ਦੇ ਵਾਲੇ ਆਏ ਸੀ ਆ ਕੇ ਸਮਝਾਇਆ ਹੁਣ ਤੁਸੀਂ ਹਾਂ ਜੀ ਹਣਾ ਨਾ ਜੀ ਆਪ ਗਲਤੀ ਮੰਨਦੇ ਜੀ ਕੋਈ ਗੱਲ ਨਹੀਂ ਅੱਗੇ ਤੋਂ ਨਹੀਂ ਇਹ ਕੰਮ ਕਰਦੇ ਜੀ ਹੋਰ ਨੂੰ ਵੀ ਹਟਾਵਾਂਗੇ ਜੀ ਇਹ ਦੀ ਗੱਲ ਨਹੀਂ ਠੀਕ